ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਂਡ ਇਨਫੋ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਚੈਨਲ ਉੱਤੇ ਦੁਬਾਰਾ ਤੋਂ ਵਾਟ ਟੈਡਡ ਦਾ ਜਿਹੜਾ ਕੋਰਸ ਹੈ ਉਹ ਸ਼ੁਰੂ ਕਰ ਰਹੇ ਹਾਂ ਡੇਲੀ ਜੀਕੇ ਦੀ ਇੱਕ ਵੀਡੀਓ ਚੈਨਲ ਉੱਤੇ ਆ ਜਾਇਆ ਕਰੇਗੀ ਤੁਸੀਂ ਜੇਕਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਲਗਾਤਾਰ ਅਸੀਂ ਵੀਡੀਓਜ਼ ਦੇਖ ਕੇ ਆਪਣੀ ਜੀਕੇ ਅੱਡੀ ਹੋ ਅਪਡੇਟ ਕਰਦੇ ਰਹੋ ਇਸ ਤੋਂ ਇਲਾਵਾ ਜਿੰਨੀ ਵੀ ਅਸੀਂ ਹੁਣ ਤੱਕ ਤਿਆਰੀ ਕਰਵਾਈ ਹੈ ਉਹ ਸਾਰੀ ਦੀ ਸਾਰੀ ਚੈਨਲ ਤੇ ਵੀਡੀਓਜ਼ ਦੇ ਰੂਪ ਵਿੱਚ ਪਈ ਹੈ ਉਹ ਤੁਸੀਂ ਚੈਨਲ ਉੱਤੇ ਜਾ ਕੇ ਪਲੇਲਿਸਟਾਂ ਮੈਥ, ਵਾਟ ਐਂਡ ਮੈਥ, ਹੋਮ ਅਤੇ ਹਸਪੀਟਲ ਕੇਅਰ, 8ਵੀਂ ਪੱਧਰ ਦੀ ਜੀਕੇ ਸਾਰੀ ਚੈਨਲ ਉੱਤੇ ਜਾ ਕੇ ਕਰ ਸਕਦੇ ਹੋ। ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੋ VFS UHS ਵੱਲੋਂ ਇੱਕ ਨਵਾਂ ਅਪਡੇਟ ਆਇਆ ਹੈ ਨਰਸਿੰਗ ਦੇ ਬਾਰੇ। ਇਸ ਤੋਂ ਇਲਾਵਾ ਜੋ बार-बार ਕਮੈਂਟਸ ਆ ਰਹੇ ਹਨ ਸਟੂਡੈਂਟਸ ਦੇ ਕਿ ਐਡਮਿਟ ਕਾਰਡ ਦੁਬਾਰਾ ਆਉਣਗੇ ਤੇ ਜਿਹੜਾ ਐਗਜ਼ਾਮ ਸੈਂਟਰ ਹੈ ਉਹ ਬਦਲ ਜਾਵੇਗਾ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਹੁਣ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਜੋ ਅਖਬਾਰ ਵਿੱਚ ਖਬਰ ਆਈ ਸੀ ਕਿ ਬਲਵੀਰ ਸਿੱਧੂ ਨੇ 50 ਸਟਾਫ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ ਇਹ ਉਹੀ ਹਨ ਜੋ ਹੁਣੇ-ਹੁਣੇ ਪੇਪਰ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਕਿੰਨੀ ਛੇਤੀ ਸਾਰਾ ਪ੍ਰੋਸੈਸ ਇਹ ਚੱਲ ਰਿਹਾ ਹੈ ਜਿਨ੍ਹਾਂ ਵਿੱਚੋਂ ਕਿ 50 ਸਟਾਫ ਨਰਸਾਂ ਨੂੰ ਤੁਹਾਨੂੰ ਨਿਯੁਕਤੀ ਪੱਤਰ ਵੀ ਦਿੱਤੇ ਹਨ ਜੋ ਬਾਕੀ ਰਹਿੰਦੇ ਹਨ ਉਹਨਾਂ ਨੂੰ ਵੀ ਜਲਦੀ ਹੀ ਜਲਦੀ ਜਿਹੜਾ ਇਹ ਨਿਯੁਕਤੀ ਪੱਤਰ ਦਿੱਤੇ ਜਾਣਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਵਾਟੈਂਡਰ ਦਾ ਜਿਹੜਾ ਪੇਪਰ ਹੈ ਉਹ ਲੇਟ ਹੋਣ ਕਰਕੇ ਹੁਣ ਡਿਪਾਰਟਮੈਂਟ ਜਿਹੜਾ VFS UHS ਯੂਨੀਵਰਸਿਟੀ ਹੈ ਉਹ ਬਾਕੀ ਸਾਰਾ ਕੰਮ ਕੰਪਲੀਟ ਕਰ ਰਹੀ ਹੈ ਮਲਟੀਪਲ ਹੈਲਥ ਵਰਕਰਸ ਦਾ ਵੀ ਜਲਦੀ ਤੋਂ ਜਲਦੀ ਨਿਵੇੜਾ ਹੋ ਜਾਏਗਾ ਹੋਰ ਜਿਨੇ ਹੀ ਭਰਤੀ ਉਹਨਾਂ ਨੇ ਗੱਡੀਆਂ ਸੀ ਸਾਰਿਆਂ ਦਾ ਕੰਮ ਜਲਦੀ ਤੋਂ ਜਲਦੀ ਕੰਪਲੀਟ ਹੋ ਜਾਵੇਗਾ ਇਹਨੂੰ ਤੁਸੀਂ ਡਿਟੇਲ ਵਿੱਚ ਪਾਉਜ਼ ਕਰਕੇ ਪੜ੍ਹ ਸਕਦੇ ਹੋ ਜਿਮ ਕੇ ਇਸ ਵਿੱਚ ਲਿਖਿਆ ਕਿ 598 ਸਾਮਿਆਂ ਵਿੱਚੋਂ 50 ਸਟਾਫ ਨਰਸਾਂ ਨੂੰ ਜਿਹੜੇ ਨਿਯੁਕਤੀ ਪੱਤਰ ਹੈ ਉਹ ਦੇ ਦਿੱਤੇ ਗਏ ਹਨ ਇਹ ਨਿਯੁਕਤੀ ਪੱਤਰ ਸਿਹਤ ਮੰਤਰੀ ਵੱਲੋਂ ਖੁਦ ਬਲਬੀਰ ਸਿੱਧੂ ਨੇ 50 ਸਟਾਫ ਨਰਸਾਂ ਨੂੰ ਦਿੱਤੇ ਹਨ ਇਸ ਤੋਂ ਇਲਾਵਾ ਇਸ ਖਬਰ ਵਿੱਚ ਉਹਨਾਂ ਕਿਹਾ ਕਿ ਜੋ ਬਾਕੀ ਪਰਤੀਆਂ ਰਹਿੰਦੀਆਂ ਹਨ ਉਹਨਾਂ ਦਾ ਵੀ ਕੰਮ ਜਲਦੀ ਤੋਂ ਜਲਦੀ ਜਿਹੜਾ ਉਹ ਕੰਪਲੀਟ ਕਰ ਦਿੱਤਾ ਜਾਵੇਗਾ ਇਸ ਤੋਂ ਤੁਸੀਂ ਉਮੀਦ ਕਰ ਸਕਦੇ ਹੋ ਕਿ ਵਾਟੈਂਡ ਦਾ ਜਿਹੜਾ ਪੇਪਰ ਹੈ ਉਹ ਵੀ ਤੁਹਾਨੂੰ ਜਲਦੀ ਹੀ ਦੇਖਣ ਨੂੰ ਮਿਲੇਗਾ ਹੁਣ ਜਦੋਂ ਇਹ ਸਾਰਾ ਬਾਕੀ ਕੰਮ ਕੰਪਲੀਟ ਹੋ ਗਿਆ ਤੇ ਆਉਣ ਵਾਲੇ 15-20 ਦਿਨਾਂ ਵਿੱਚ ਜਦੋਂ ਮਾਹੌਲ ਵੀ ਠੀਕ ਹੋ ਜਾਣਾ ਲਗਭਗ ਤਾਂ ਉਦੋਂ ਤੱਕ ਤੁਹਾਨੂੰ ਜਿਹੜਾ ਇਗਜ਼ਾਮ ਹੈ ਉਹ ਤੋਂ ਟਾ ਜਾਵੇਗਾ ਗੱਲ ਕਰਦੇ ਆ ਕਿ ਜਿਹੜੇ ਸਟੂਡੈਂਟ ਬਾਰ-ਬਾਰ ਕਮੈਂਟ ਕਰਕੇ ਪੁੱਛ ਰਹੇ ਸਨ ਕਿ ਵਾਟੈਂਡ ਦੇ ਐਡਮਿਟ ਕਾਰਡ ਨਵੇਂ ਆਉਣਗੇ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਵਾਟੈਂਡ ਦੇ ਜਿਹੜੇ ਐਡਮਿ ਪਰੰਤੂ ਉਹਨਾਂ ਵਿੱਚ ਜਿਹੜੇ ਤੁਹਾਡੇ ਐਗਜ਼ਾਮ ਸੈਂਟਰ ਹੈ ਉਹ ਹੀ ਰਹਿਣਗੇ ਕਿਉਂਕਿ ਜਿੰਨਾ ਵੀ ਪ੍ਰਬੰਧ VPSC ਵੱਲੋਂ ਕੀਤਾ ਹੋਇਆ ਹੈ ਉਸ ਵਿੱਚ ਉਹ ਨਹੀਂ ਤਬਦੀਲੀ ਕਰਨਾ ਚਾਹੁੰਦੇ ਤੁਹਾਡੇ ਜਿਹੜੇ ਐਗਜ਼ਾਮ ਸੈਂਟਰ ਹੈ ਉਹ ਤਕਰੀਬਨ ਉਹੀ ਰਹਿਣਗੇ ਥੋੜੇ ਬਹੁਤੇ ਕੋਈ ਚੇਂਜਸ ਹੋ ਸਕਦੇ ਨੇ ਬਸ ਤੁਹਾਡੇ ਜਿਹੜੇ ਐਡਮਿਟ ਕਾਰਡ ਹੈ ਉਹਨਾਂ ਵਿੱਚ ਜਿਹੜੇ ਨਵੇਂ ਐਡਮਿਟ ਕਾਰਡਾਂ ਵਿੱਚ ਤੁਹਾਡੀ ਜਿਹੜੀ ਐਗਜ਼ਾਮ ਡੇਟ ਹੈ ਉਹ ਚੇਂਜ ਹੋਵੇਗੀ ਜਿੰਨੀ ਹੁਣ ਨਵੀਂ ਐਗਜ਼ਾਮ ਡੇਟ ਆਵੇਗੀ ਜਿਸ ਦਿਨ ਤੁਹਾਡੇ ਐਗਜ਼ਾਮ ਹੋਣੇ ਹਨ ਉਸ ਉਸ ਤਰੀਕ ਨੂੰ ਮੈਂਸ਼ਨ ਕੀਤਾ ਹੋਏਗਾ ਤੁਹਾਡੇ ਐਡਮਿਟ ਕਾਰਡ ਤੇ ਇਸ ਤੋਂ ਇਲਾਵਾ एग्जाम सेंटर ਜਿਹੜੇ ਬਹੁਤ ਹੀ ਘੱਟ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਚੇਂਜ ਹੋਣ ਦੀ ਸੰਭਾਵਨਾ ਹੈ ਬਾਕੀ ਜਿਹੜੇ एग्जाम सेंटर ਆ ਉਹ ਸੇਮ ਦੇ ਸੇਮ ਹੀ ਰਹਿਣਗੇ ਇਦਾਂ ਹੀ ਤੁਹਾਡਾ ਜਿੱਥੇ ਤੇ एग्जाम ਹੋਣਾ ਹੈ ਉੱਥੇ ਹੀ ਹੋਵੇਗਾ ਤੁਹਾਡਾ ਬਾਕੀ ਸਟੂਡੈਂਟ ਜਿਹੜੇ ਬਾਰ-ਬਾਰ ਪੁੱਛ ਰਹੇ ਹਨ ਕਿ ਪੇਪਰ ਕਦੋਂ ਹੋਵੇਗਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਖਬਰ ਦਿਖਾਈ ਹੈ ਕਿ 50 ਸਟਾਫ ਨਰਸਾਂ ਨੂੰ ਜਿਹੜੇ ਨਿਯੁਕਤੀ ਪੱਤਰ ਹਨ ਉਹ ਦੇ ਦਿੱਤੇ ਗਏ ਹਨ ਇਸ ਤੋਂ ਇਲਾਵਾ ਇਸ ਸਿਹਤ ਮੰਤਰੀ ਵੱਲੋਂ ਇਹੀ ਕਿਹਾ ਗਿਆ ਹੈ ਕਿ ਜਿੰਨੀਆਂ ਵੀ ਬਾਕੀ ਭਰਤੀਆਂ VJFCS ਵੱਲੋਂ ਕੰਡਕਟ ਕਰਵਾਈਆਂ ਗਈਆਂ ਸਨ ਸਾਰੀਆਂ ਦਾ ਕੰਮ ਜਿਹੜਾ ਉਹ ਜਲਦੀ ਤੋਂ ਜਲਦੀ ਸਿਰੇ ਚੜਾਇਆ ਜਾਊਗਾ ਅਤੇ ਸਾਰੇ ਕਰਮਚਾਰੀਆਂ ਨੂੰ ਜਿਹੜੇ ਨਿਯੁਕਤੀ ਪੱਤਰ ਜਲਦੀ ਤੋਂ ਜਲਦੀ ਸੌਂਪੇ ਜਾਣਗੇ ਇਸ ਲਈ ਤੁਸੀਂ ਉਮੀਦ ਕਰ ਸਕਦੇ ਹੋ ਕਿ ਜਿਵੇਂ ਬਾਕੀ ਭਰਤੀਆਂ ਅਤੇ ਹੁਣ ਮਲਟੀਪਲ ਹਲਟ ਵਰਕਰ ਦਾ ਵੀ ਜਲਦੀ ਹੀ ਜੋ ਸਾਰਾ ਕੰਮ ਕੰਮ ਕੰਪਲੀਟ ਹੋ ਜਾਣਾ ਹੈ ਇਸੇ ਤਰ੍ਹਾਂ ਹੀ ਜਿਹੜਾ ਤੁਹਾਡਾ ਵਰਟ ਸਟੈਂਡਰਡ ਦਾ ਇਗਜ਼ਾਮ ਹੈ ਉਸ ਦਾ ਵੀ ਜਿਹੜਾ ਤੁਹਾਡੀ ਇਗਜ਼ਾਮ ਡੇਟ ਹੈ ਉਹ ਜਲਦੀ ਤੋਂ ਜਲਦੀ ਆ ਜਾਵੇਗੀ ਇਸ ਲਈ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ ਕਿ ਆਪਣੀ ਜਿਹੜੀ ਤਿਆਰੀ ਹੈ ਉਹ ਇਸੇ ਤਰ੍ਹਾਂ ਜਾਰੀ ਰੱਖੋ ਕਿਸੇ ਵੀ ਗੱਲਾਂ ਦੇ ਮਹਿਕਾਵੇ ਵਿੱਚ ਨਾ ਆਓ ਆਪਣੀ ਤਿਆਰੀ ਜਾਰੀ ਰੱਖੋ ਕਿਉਂਕਿ ਫਿਰ ਮੌਕੇ ਤੇ ਤੁਹਾਡੇ ਤੋਂ ਇੰਨੀ ਜਲਦੀ ਤਿਆਰੀ ਨਹੀਂ ਕਰ ਹੋਣੀ ਜਿਵੇਂ ਅਸੀਂ ਹੁਣ ਲਗਾਤਾਰ ਤੁਹਾਨੂੰ ਡੇਲੀ ਅਪਡੇਟ ਕਰਦੇ ਰਹਾਂਗੇ ਡੇਲੀ ਵੀਡੀਓਜ਼ ਨਵਾਂ ਕੋਰਸ ਜੋ ਸ਼ੁਰੂ ਕੀਤਾ ਉਸ ਵਿੱਚ ਡੇਲੀ ਜੀਕੇ ਦੇ ਵੀਡੀਓ ਪਾਉਂਦੇ ਰਹਾਂਗੇ ਉਹ ਆਪਣਾ ਦੇਖ ਕੇ ਆਪਣੀ ਤਿਆਰੀ ਕਰਦੇ ਰਹੋ ਇਸ ਤੋਂ ਇਲਾਵਾ ਹੋਰ ਵੀ ਜਿੱਥੇ ਤੁਹਾਨੂੰ ਸਟੱਡੀ ਮਟੀਰੀਅਲ ਮਿਲਦਾ ਹੈ ਆਪਣੀ ਤਿਆਰੀ ਕਰਦੇ ਰਹੋ ਜਿੰਨੀ ਵੀ ਅਸੀਂ ਪਹਿਲਾਂ ਤਿਆਰੀ ਕਰਵਾਈ ਹੈ ਹੋਮ ਹਸਪੀਟਲ ਵੇਸਟ ਕੇਅਰ ਮੈਥ ਉਸ ਦੀਆਂ ਸਾਰੀਆਂ ਵੀਡੀਓਜ਼ ਤੁਸੀਂ ਹੁਣ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਉਹਨਾਂ ਵੀਡੀਓ ਨੂੰ ਦੇਖ ਕੇ ਆਪਣੀ ਤਿਆਰੀ ਕਰਦੇ ਰਹੋ ਅਤੇ ਜਲਦੀ ਤੁਹਾਡਾ ਜਿਹੜਾ ਪੇਪਰ ਹੈ ਉਹ ਆ ਜਾਵੇਗਾ ਉਸ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ ਉਤੇ ਦਿੱਤੀ ਜਾਵੇਗੀ ਜਿਨੇ ਵੀ ਸਟੂਡੈਂਟ ਪਹਿਲੀ ਵਾਰ ਇਹ ਵੀਡੀਓ ਦੇਖ ਰਹੇ ਹਨ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਦਬਾ ਲੈਣ ਇਸ ਤੋਂ ਇਲਾਵਾ ਟੈਲੀਗ੍ਰਾਮ ਤੇ ਇੰਸਟਾਗ੍ਰam ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਉੱਥੋਂ ਉਸ ਨੂੰ ਜੁਆਇਨ ਕਰ ਲਿਓ ਅੱਜ ਦੀ ਵੀਡੀਓ ਚ ਨਹੀ